ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਸੀਨੀਅਰ ਅਫਸਰਾਂ ਦੀਆਂ ਹਿਦਾਇਤਾਂ ਤੇ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਥਾਣਾ ਗੁਰਾਇਆਂ ਦੇ ਪੁਲਿਸ ਨੇ 4 ਵਿਅਕਤੀਆਂ ਨੂੰ ਨਸ਼ੀਲੇ ਟੀਕਿਆਂ ਅਤੇ 1 ਵਿਅਕਤੀ ਨੂੰ ਗਾਂਜੇ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਗੁਰਾਇਆਂ ਦੇ SHO ਕੇਵਲ ਸਿੰਘ ਨੇ ਦੱਸਿਆ ਕਿ ਥਾਣਾ ਗੁਰਾਇਆਂ ਦੇ SI ਜਗਦੀਸ਼ ਰਾਜ ਨੇ ਗਸ਼ਤ ਦੌਰਾਨ ਗੇਟ ਹਾਈਵੇ ਮਨਸੂਰਪੁਰ ਤੋਂ ਸੰਜੀਵ ਅਟਵਾਲ ਉਰਫ ਗੋਲੂ ਪੁੱਤਰ ਰਵੀ ਪ੍ਰਕਾਸ਼ ਵਾਸੀ ਫਗਵਾੜੀ ਮੁਹੱਲਾ ਜਲੰਧਰ ਅਤੇ ਪ੍ਰਦੀਪ ਕੁਮਾਰ ਉਰਫ ਸੈਂਟੀ ਪੁੱਤਰ ਰਾਜ ਕੁਮਾਰ ਵਾਸੀ ਫਗਵਾੜੀ ਮੁਹੱਲਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 140 ਟੀਕੇ ਮਾਰਕਾ ਬੀਪਰ ਨੋਰਫਿਨ ਅਤੇ 140 ਨਸ਼ੀਲੇ ਟੀਕੇ ਮਾਰਕਾ ਏਵਲ ਬਰਾਮਦ ਕੀਤੇ ਹਨ। ਇਸੇ ਤਰ੍ਹਾਂ ASI ਗੁਰਸ਼ਾਨ ਸਿੰਘ ਚੌਂਕੀ ਇੰਚਾਰਜ ਰੁੜਕਾ ਕਲਾਂ ਨੇ ਗਸ਼ਤ ਦੌਰਾਨ ਰੇਲਵੇ ਫਾਟਕ ਗੁਹਾਵਰ ਤੋਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਅਭਿਸ਼ੇਕ ਪੁੱਤਰ ਰਾਜੂ ਵਾਸੀ ਮੁਹੱਲਾ ਪਾਟੜੀਆਂ ਰਾਮਾ ਮੰਡੀ ਜਲੰਧਰ ਅਤੇ ਅਮਨ ਕੁਮਾਰ ਪੁੱਤਰ ਰੋਸ਼ਨ ਲਾਲ ਵਾਸੀ ਫਗਵਾੜੀ ਮੁਹੱਲਾ ਜਲੰਧਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ 110 ਟੀਕੇ ਮਾਰਕਾ ਬੀਪਰ ਨੋਰਫਿਨ ਅਤੇ 110 ਨਸ਼ੀਲੇ ਟੀਕੇ ਮਾਰਕਾ ਏਵਲ ਬਰਾਮਦ ਕੀਤੇ ਹਨ। ਇਸੇ ਤਰ੍ਹਾਂ SI ਜਗਦੀਸ਼ ਰਾਜ ਅਤੇ ਧੁਲੇਤਾ ਚੌਂਕੀ ਦੇ ਇੰਚਾਰਜ ਸੁਖਵਿੰਦਰ ਪਾਲ ਨੇ ਗਸ਼ਤ ਦੌਰਾਨ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਅਮਿਤ ਭਾਰਤੀ ਪੁੱਤਰ ਸੁਰੇਸ਼ ਗੁਪਤਾ ਵਾਸੀ ਪਿੰਡ ਗੁਰਪਹਾੜ ਥਾਣਾ ਟੰਡਖੋਰਾ ਜ਼ਿਲ੍ਹਾ ਕਟਹਾਰ ਬਿਹਾਰ ਹਾਲ ਵਾਸੀ ਨਜ਼ਦੀਕ ਰੇਲਵੇ ਲਾਈਨ ਢੰਡਾਰੀ ਕਲਾਂ ਜ਼ਿਲ੍ਹਾ ਲੁਧਿਆਣਾ ਨੂੰ ਕਾਬੂ ਕਰਕੇ ਉਸ ਪਾਸੋਂ 5 ਕਿਲੋ ਗਾਂਜਾ ਬਰਾਮਦ ਕੀਤਾ ਹੈ। ਫੜੇ ਗਏ ਵਿਅਕਤੀਆਂ ਖਿਲਾਫ਼ ਥਾਣਾ ਗੁਰਾਇਆਂ ਵਿੱਚ ਬਣਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ। ਸੀਨੀਅਰ ਅਫਸਰਾਂ ਦੀ ਹਦਾਇਤ ਅਨੁਸਾਰ ਅੱਜ ਕੱਲ੍ਹ ਮਿਤੀ 7/7/19 ਨੂੰ ਮਨਸੂਰਪੁਰ ਗੇਟ ਤੋਂ SI ਜਗਦੀਸ਼ ਸਿੰਘ ਨੇ 2 ਵਿਅਕਤੀਆਂ ਨੂੰ ਜਿਨ੍ਹਾਂ ਦਾ ਨਾਮ ਸੰਜੀਵ ਅਟਵਾਲ ਉਰਫ ਗੋਲੂ ਵਾਸੀ ਮੁਹੱਲਾ ਫਗਵਾੜੀ ਡਿਵੀਜ਼ਨ ਨੰਬਰ 7, ਦੂਸਰੇ ਨਾਮ ਪ੍ਰਦੀਪ ਉਰਫ ਸੈਂਟੀ ਡਿਵੀਜ਼ਨ ਨੰਬਰ 7 ਜਲੰਧਰ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 142 ਵਿੱਚ ਗ੍ਰਿਫਤਾਰ, ਜਿਨ੍ਹਾਂ ਪਾਸੋਂ 140 ਟੀਕੇ ਨੋਰਫਿਨ 140 ਟੀਕੇ ਏਵਲ ਬਰਾਮਦ ਕੀਤੇ, ਜਿਨ੍ਹਾਂ ਦੀ ਤਫਤੀਸ਼ ਕਰਕੇ ਅਗਲੀ ਪੁੱਛਗਿੱਛ ਜਾਰੀ ਹੈ। ਇਸੇ ਤਰ੍ਹਾਂ 2 ਵਿਅਕਤੀ ਅਭਿਸ਼ੇਕ ਪੁੱਤਰ ਰਾਜੂ ਵਾਸੀ ਰਾਮਾ ਮੰਡੀ, ਅਮਨ ਪੁੱਤਰ ਰੋਸ਼ਨ ਲਾਲ ਵਾਸੀ ਡਿਵੀਜ਼ਨ ਨੰਬਰ 7 ਜਲੰਧਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 110 ਟੀਕੇ ਨੋਰਫਿਨ 110 ਟੀਕੇ ਏਵਲ ਬਰਾਮਦ ਕੀਤੇ, ਜਿਨ੍ਹਾਂ ਖਿਲਾਫ਼ ਮੁਕੱਦਮਾ ਨੰਬਰ 143 ਦਰਜ ਕਰਕੇ ਅਗਲੀ ਪੁੱਛਗਿੱਛ ਜਾਰੀ ਹੈ। ਇਸੇ ਤਰ੍ਹਾਂ ਅੱਜ 8/7/19 ਨੂੰ ਅਮਿਤ ਕੁਮਾਰ ਭਾਰਤੀ ਪੁੱਤਰ ਕੇਸ਼ ਪ੍ਰਸ਼ਾਦ ਗੁਪਤਾ ਵਾਸੀ ਬਿਹਾਰ ਨੂੰ 5 ਕਿਲੋ ਗਾਂਜਾ ਸਮੇਤ ਗ੍ਰਿਫਤਾਰ ਕੀਤਾ, ਜਿਸ 'ਤੇ ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼।